السلام علیکم ملک صاحب، بکریاں چیک کرو، واڑا تقریباً 200 بکری آرام نال ہوئے جی، پیٹاں بکریاں کٹھیاں، ہوں یہاں کا ٹائم ہوئے ہے کھولن کا، یہاں دھوپ لگی ہے، ویکو پیٹاں نوں گرمی لگ گئی ہے، کیویں افیاں نے، یہاں کی جاتو تو ہوئی ہے کٹی کو نہیں، تے ویکو باہر نکلیا جاتا ہے لیلا ماہی میں تمہیں اونٹ بھی فانے ہاں ملک صاحب، تسی بس چیک کر دے جاؤ، تمہیں اونٹ کا بھی ویو کروانے ہاں، اونٹ کا بچہ تو اونٹ یہو جہ ایک لیلا، باقی انجوائے کر رہے ہیں سب، وہ اونٹ کا بچہ جی، یہ تو کول چلنے ہاں، یہ اور مار دے تے نہیں بول دے پاں میں چھڑ کڈ مارے، وہی بیبے جے من ڈر لگتا پا کہ چک نہ مار لے، تے باقی ادھر دیاں ٹرالیاں چیک کرو، ਇਸ ਇਲਾਕੇ ਟਰਾਲੀਆਂ ਜਿਹੜੀਆਂ ਜੇ ਨਾ ਇੰਝ ਦੀਆਂ ਹੁੰਦੀਆਂ ਜੇ ਲੱਕੜ ਦੀਆਂ, ਦੁਆਲੇ ਲੋਹਾ ਲੱਗਿਆ ਵਿੱਚ ਲੱਕੜ ਲੱਗੀ ਹੁੰਦੀ ਜੇ, ਜ਼ਿਆਦਾਤਰ ਇੰਝ ਦੀਆਂ ਹੁੰਦੀਆਂ ਨੇ ਪੁਰਾਣੀਆਂ ਟਰਾਲੀਆਂ, ਦੋਨੇ ਦੀ ਕੋਸ਼ਿਸ਼ ਕਰ ਲਗਾ ਮੈਨੂੰ ਡਰ ਲੱਗ ਇਹਦੇ ਤੋਂ, ਡਰ ਲੱਗਦਾ ਇਹਦੇ ਤੋਂ, ਪਤਾ ਨਹੀਂ ਕੀ ਡਰਦੇ ਨੇ ਪੇ ਕਿ ਗੁੱਸਾ ਕਰਨ ਲੱਗੇ ਨੇ, ਕੋਈ ਸਮਝ ਨਹੀਂ ਆ ਰਹੀ, ਮੈਨੂੰ ਡਰ ਕਿ ਛੱਡ ਨਾ ਕੱਢ ਮਾਰੇ ਖੋਤੀਆਂ, ਅਰਧ ਲੱਤਾਂ ਜਿਵੇਂ ਖੋਤੀਆਂ ਮਾਰਦੀਆਂ ਨੇ, ਊਠਣੀ ਹੈ ਵੀ ਮੈਂ ਭਾਵੇਂ ਤੜਵਾ ਜੇ ਪਿੱਛੇ ਲੱਗ ਜੇ ਖਤਰਨਾਕ ਲੱਗ ਰਿਹਾ, ਇਸ ਸਾਈਡ 'ਤੇ ਗਾਵਾਂ ਵੱਜੀਆਂ ਨੇ, ਅਤੇ ਦਰਖਤਾਂ ਤੋਂ ਪਰਾਂ ਪਰਾਂ ਮੈਂ ਤੁਹਾਨੂੰ ਟਿੱਬੇ ਉੱਤੇ ਚੜ੍ਹ ਕੇ ਫਾਨਾ, ਹਰ ਪਾਸੇ ਰੇਗਿਸਤਾਨ ਹੈ, ਰੇਤ ਦੇ ਟਿੱਬੇ ਨੇ ਉੱਚੇ ਉੱਚੇ, ਅਤੇ ਹਰ ਪਾਸੇ ਹੈ ਨਾ, ਇਹ ਪਾਸੇ ਵੀ ਤੁਹਾਨੂੰ ਜ਼ੂਮ ਕਰਕੇ, ਇਹ ਪਰਾਂ ਦਰਖਤਾਂ ਤੋਂ ਪਰਾਂ ਰੇਤ ਦੇ ਟਿੱਬੇ ਟਿੱਬੇ ਨੇ, ਹਰ ਪਾਸੇ ਰੇਤ ਹੀ ਰੇਤ, ਇਹ ਚੈੱਕ ਕਰੋ, ਇੱਥੇ ਲੋਕ ਜੰਗਲ 'ਚ ਬੱਕਰੀਆਂ ਅਤੇ ਗਾਵਾਂ ਚਾਰਨ ਜਾਂਦੇ ਨੇ, ਅਤੇ ਇਹ ਬੋਤਲਾਂ ਉਹਨਾਂ ਰੱਖੀਆਂ ਹੁੰਦੀਆਂ ਨੇ, ਇਹਨਾਂ ਦੇ ਦੁਆਲੇ ਵਲੇਟੀ ਕੱਪੜਾ, ਅਤੇ ਕੱਪੜਾ ਗਿੱਲਾ ਕਰ ਲੈਂਦੇ ਨੇ, ਵਿੱਚ ਪਾਣੀ ਭਰ ਲੈਂਦੇ ਨੇ, ਸਾਰਾ ਦਿਨ ਵੀ ਪਾਣੀ ਗਰਮ ਨਹੀਂ ਆਉਂਦਾ, ਠੰਡਾ ਹੀ ਰਹਿੰਦਾ, ਵੇਖੋ ਨਾ ਇਹਦਾ ਇਹ ਫਾਇਦਾ, ਸਾਰਾ ਦਿਨ ਪਾਣੀ ਠੰਡਾ ਰਹਿੰਦਾ, ਗਰਮ ਨਹੀਂ ਹੁੰਦਾ। ਨੈਕਸਟ, ਇਸ ਇਲਾਕੇ ਵਿੱਚ ਹਰ ਤਕਰੀਬਨ ਦੂਸਰੇ ਤੀਸਰੇ ਬੰਦੇ ਪਲੇਟਾਂ ਲਵਾਈਆਂ ਨੇ,
ਅਤੇ ਇਹ ਬਿਜਲੀ ਵੀ ਇਹਨਾਂ ਪਲੇਟਾਂ 'ਤੇ ਇਸਤੇਮਾਲ ਕਰਦੇ ਨੇ ਸਾਰਾ ਦਿਨ। ਅੱਗੋਂ ਫਿਰ ਜਿਹੜਾ ਪਾਣੀ ਲਾਉਂਦੇ ਨੇ ਫਸਲਾਂ ਨੂੰ, ਉਹ ਵੀ ਇੱਥੋਂ ਇਸਤੇਮਾਲ ਕਰਦੇ ਨੇ। ਅਤੇ ਇੱਧਰ ਪਾਣੀ ਜਿਹੜਾ ਨਾ ਡੂੰਘਾ, ਅਤੇ ਇੱਧਰ ਲੋਕਾਂ ਫੁੱਟ ਬੋਰ ਕੀਤੇ ਨੇ। ਇਹ 30 ਫੁੱਟ ਦਾ ਬੋਰ ਜੇ, ਅਤੇ ਬੜਾ ਡੂੰਘਾ, ਡਰ ਲੱਗਦਾ, ਮੈਂ ਨੇੜੇ ਨਹੀਂ ਗਿਆ। ਅਤੇ ਇਹ ਪਲੇਟਾਂ ਵੇਖੋ ਤੁਸੀਂ, ਹਰ ਤਕਰੀਬਨ ਦੂਸਰੇ ਤੀਸਰੇ ਬੰਦੇ 'ਤੇ ਪਲੇਟਾਂ ਲਵਾਈਆਂ ਨੇ। ਅਤੇ ਇੱਕ ਦਰਖਤ, ਇਹਦਾ ਨਾਂ ਹੈ ਵਣ, ਇਹਦੀ ਮਸਵਾਕ ਬਹੁਤ ਅੱਛੀ ਹੁੰਦੀ ਹੈ। ਮੈਂ ਫਿਲਹਾਲ ਕੀਤੀ ਨਹੀਂ, ਕਰਨੇ ਆ ਹੁਣੇ। ਅਤੇ ਵਾਹਵਾ ਪੁਰਾਣਾ ਦਰਖਤ ਹੈ, ਕਾਫੀ ਸਾਲ ਪੁਰਾਣਾ। ਅਤੇ ਇਹ 'ਚ ਰਸੂੜਾ, ਜਿਹਦਾ ਚਾਰ ਵੀ ਪੈਂਦਾ ਰਸੂੜਾ ਨਾ, ਅਤੇ ਉਸ ਤੋਂ ਬਾਅਦ ਇਸ ਇਲਾਕੇ ਦਾ ਮਸ਼ਹੂਰ ਜਿਹੜਾ ਦਰਖਤ ਉਹ ਹੈ ਫਰਵਾਂ। ਇਹਨੂੰ ਫਰਵਾਂ ਆਉਂਦੇ ਨੇ, ਇੱਕ ਹੋਰ ਵੀ ਇਹਦਾ ਨਾਂ ਹੈ ਖੱਡਲ, ਪਤਾ ਨਹੀਂ ਕੀ ਆਉਂਦੇ ਨੇ। ਇਹ ਮੈਂ ਨੇੜੇ ਤੁਹਾਨੂੰ ਇਹਦੇ ਪੱਤਰ ਫਾਨਾ ਵਾਂ। ਇਸ ਇਲਾਕੇ ਤਕਰੀਬਨ ਹੈ ਦਰਖਤ ਬਹੁਤ ਜ਼ਿਆਦਾ ਹੁੰਦਾ, ਜਿਵੇਂ ਸਾਡੇ ਇਲਾਕੇ ਟਾਹਲੀਆਂ ਹੁੰਦੀਆਂ ਨੇ ਨਾ, ਉਂਝ ਇਸ ਇਲਾਕੇ ਹੈ ਜ਼ਿਆਦਾ ਹੁੰਦਾ। ਅਤੇ ਇਹ ਨਾਲ ਰਸੂੜਾ, ਉਸ ਤੋਂ ਬਾਅਦ ਇਹ ਟਰਾਂਸਫਾਰਮ ਹੈ, ਇਹਦੇ ਵਿੱਚ ਆਵਾਜ਼ ਆ ਰਹੀ ਹੈ, ਹੋਰ ਨਾ ਸੁਣਾ, ਵਿੱਚ ਆਵਾਜ਼ ਆ ਰਹੀ ਹੈ ਟਰਾਂਸਫਾਰਮ ਦੇ ਵਿੱਚੋਂ। ਕੁਝ ਵੀ ਨਹੀਂ, ਤੁਰ ਚੱਲੇ ਹੋ। ਆ ਇੱਥੇ ਦੇ ਨਲਕੇ ਜੇ, ਇਹਨਾਂ ਦੇ ਡਿਜ਼ਾਇਨ ਵੇਖੋ, ਇਹ ਵੀ ਕਾਫੀ ਡੂੰਘੇ ਬੋਰ ਹੁੰਦੇ ਨੇ, ਅਤੇ ਨਲਕੇ ਵੀ ਫਿਰ ਜ਼ਰਾ ਹੋਰ ਤਰੀਕੇ ਦੇ ਵੇਖੋ, ਹੱਥੀ ਕਿਹੋ ਜਿਹੇ। ਇਹਨਾਂ ਨੂੰ ਜ਼ੋਰ ਜ਼ਿਆਦਾ ਲੱਗਦਾ ਗੇੜਾ ਲੱਗਿਆ, ਅਤੇ ਪਾਣੀ ਥੋੜ੍ਹਾ ਥੋੜ੍ਹਾ ਕੱਢਦੇ ਨੇ। ਕੋਈ ਇਤਨਾ ਇਤਨਾ ਪਾਣੀ ਕੱਢਦੇ ਨੇ, ਜਾਂ ਥੋੜ੍ਹਾ ਜ਼ਿਆਦਾ ਕੱਢ ਲੈਂਦੇ ਨੇ। ਅਤੇ ਸਾਡੇ ਇਲਾਕੇ 'ਚ 2 ਹੱਥੀਆਂ ਮਾਰੋ ਅਤੇ ਐਂ ਫੁਰਲਾ ਬਾਹਰ ਕੇ ਬਾਹਰ ਨਿਕਲਦਾ। ਅਤੇ ਇੱਥਾਂ ਜਿਹੜਾ ਨਾ ਨਲਕੇ ਨੂੰ ਸਪੀਡ 'ਤੇ ਗੇੜੀ ਵੱਧ ਵੀ ਨਾ ਥੋੜ੍ਹਾ ਥੋੜ੍ਹਾ ਕੱਢਦਾ। ਅਤੇ ਉਸ ਤੋਂ ਬਾਅਦ ਜਿਹੜੇ ਨਾ ਵੇਖੋ ਸਾਹਮਣੇ ਬੱਕਰੀਆਂ ਦੇ ਵਾੜੇ ਨੇ, ਸਰਦੀਆਂ 'ਚ ਬੱਕਰੀਆਂ ਇੱਥੇ ਅੰਦਰ ਡੱਕਦੇ ਨੇ, ਇਹਨਾਂ ਦੇ ਥੱਲੇ ਅੱਗੇ ਕੋਈ ਚੀਜ਼ ਪਾ ਦਿੰਦੇ ਨੇ ਤੰਬੂ ਜਿਹਾ। ਉਸ ਤੋਂ ਇਲਾਵਾ ਇਹ ਜੇ ਇਹਦੇ ਥੱਲੇ ਤਮੂੜੀਆਂ ਦੇ ਖੱਖਰ ਵੀ ਹੋ ਸਕਦੇ ਨੇ। ਅਤੇ ਬਾਬਾ ਮਜ਼ਬੂਤੀ ਵਾਲਾ ਕੰਮ ਹੈ, ਦੁਆਲੇ ਕੋਈ ਚੀਜ਼ ਧਾਰ ਦਿੰਦੇ ਨੇ ਨਾ ਸਰਦੀਆਂ 'ਚ, ਅਤੇ ਇਹਦੇ ਵਿੱਚ ਫਿਰ ਬੱਕਰੀਆਂ ਵਾੜ ਦਿੰਦੇ ਨੇ। ਅਤੇ ਮੱਝਾਂ ਗਾਵਾਂ ਵਾਸਤੇ ਵੈਸੇ ਇਹਨਾਂ ਕਮਰੇ ਰੱਖੇ ਹੋਏ ਨੇ। ਉਸ ਤੋਂ ਬਾਅਦ ਇਹ ਕਮਰਾ ਸਰਦੀਆਂ 'ਤੇ ਸੌਣ ਵਾਸਤੇ, ਜਿਹਨੇ ਮੇਰੀ ਇਹ ਕੁੱਤੀ ਹੈ ਜਿਹੜੇ ਨੇ ਨਾ, ਇਹ 3 ਕੁੱਤੇ ਨੇ ਨਾ ਰਾਤੀ ਰਾਖੀ ਕੀਤੀ ਹੈ ਬਹੁਤ ਮੇਰੀ। ਅਸੀਂ ਟਿੱਬੇ 'ਤੇ ਸੁੱਤੇ ਸਾਂ ਕਿਉਂ, ਅਤੇ ਮੈਂ ਅਤੇ ਇਹ ਸਾਡੇ ਕੋਲ ਹੀ ਰਹੇ ਨੇ ਸਾਰੀ ਰਾਤ, ਖੇਡਦੇ ਰਹੇ ਨੇ। ਮੈਂ ਤੁਹਾਨੂੰ ਸ਼ਾਰਟ ਵਿੱਚ ਫਾ ਦੇਣਾ ਥੋੜ੍ਹਾ ਜਿਹਾ, ਮੈਂ ਰਾਤੀ ਵੀਡੀਓ ਵੀ ਇਹਨਾਂ ਦੀ ਬਣਾਈ ਸੀ, ਖੇਡਦੇ ਸਨ, ਟੱਪਦੇ ਹਨ। ਉਸ ਤੋਂ ਬਾਅਦ ਸਾਡੀ ਰਾਖੀ, ਉਸ ਤੋਂ ਬਾਅਦ ਮੈਂ ਸਵੇਰੇ 7 ਵਜੇ ਤਕਰੀਬਨ ਉੱਠਿਆ, ਅਤੇ ਜਿਸ ਟਾਈਮ ਮੰਜੀ ਚੁੱਕ ਕੇ ਆਇਆ, ਅਤੇ ਮੇਰੇ ਨਾਲ ਆਏ ਨਾ ਮੰਜੀ ਦੇ ਦੁਆਲੇ ਬੈਠੇ ਸਨ, ਐਡੇ ਚੰਗੇ ਨੇ। ਫਿਰ ਇਹਨਾਂ ਨੂੰ ਮੈਂ ਸਵੇਰੇ ਰੋਟੀ ਪਾਈ ਹੈ, ਕਰੀ ਕਰੀ ਕਰੀ, ਮਤਲਬ ਇੰਜ ਨਾ ਕੁੱਕੜੀਆਂ ਜਿਹੜੀਆਂ ਨੇ ਨਾ ਰੱਖੀਆਂ ਨੇ ਹਰ ਬੰਦੇ ਕੁੱਕੜੀਆਂ, ਹੁਣ ਕਮ ਅਜ਼ ਕਮ ਹੀ ਨਾ 50-50 ਕੁੱਕੜੀਆਂ ਰੱਖੀਆਂ ਨੇ। ਅਤੇ ਆ ਮੱਝ ਹੈ ਇੱਥੇ, ਇਹ ਅਸਲ 'ਚ ਸੂਈ ਹੈ ਨਾ, ਇਹਦਾ ਕੱਟਾ ਹੈ ਵੇ,
ਤੇ ਮੈਂ ਕੱਟੇ ਦੀ ਆਵਾਜ਼ ਕੱਢਣਾ ਤੇ ਉਹਨੂੰ ਭੁਲੇਖਾ ਪੈਂਦਾ, ਉਹਨੂੰ ਸ਼ੱਕ ਪੈਂਦਾ, ਪਤਾ ਨਹੀਂ ਇਹ ਕਿਹੜਾ ਕੱਟਾ ਆ ਗਿਆ, ਕਿਤੇ ਮੇਰਾ ਤੇ ਨਹੀਂ ਰਿੜਿੰਗਦਾ ਪਿਆ, ਤੇ ਫਿਰ ਮੈਨੂੰ ਮਾਰਨ ਪੈਂਦੀ ਹੈ। ਐ ਕੱਟਾ ਨਹੀਂ ਇਹਦੀ, ਕੱਟੀ ਹੈ ਹਫ਼ਤੇ ਦੀ ਹੈ। ਹੈਂ ਮਾਸ਼ਾਅੱਲਾ ਔਖਾ ਹੈ। ਬਾਕੀ ਹੈ ਪੀਂਗ ਇੱਥੇ ਪਈ ਹੈ, ਝੂੜੇ ਲੈ ਰਹੇ ਹਾਂ, ਉੱਤੋਂ ਔਰ ਅਸੇ ਕਾਫ਼ੀ ਮਜ਼ਬੂਤ ਨੇ ਅਤੇ ਡਾਹਣ ਵੀ ਕਾਫ਼ੀ ਮਜ਼ਬੂਤ ਹੈ। ਲੈ ਕਿਉਂ ਮੇਰੀ ਵੀਡੀਓ ਬਣਾ, ਓ ਵੀਡੀਓ ਬਣਾ ਮੇਰੀ ਥੋੜ੍ਹੀ ਜਿਹੀ, ਮੈਂ ਝੂਟੇ ਲੈਣ ਲੱਗਾ। ਹਾਂਜੀ ਜੇ ਪੈਰ ਨਿਕਲ ਜੇ ਤਾਂ ਫਿਰ। ਵਾਲੇਕੁਮ ਸਲਾਮ, ਹੋਰ ਕੀ ਭਾਵੇਂ ਚੱਲਾਂ। ਬਚ ਗਈ ਯਾਰ, ਤੇਜ਼ ਹੀ ਬੜੀ ਹੈ। ਵੇਖੀ ਭਾਵੇਂ ਪੈਰ ਛੁੱਟੇ ਹੋਵੇ ਤੇ ਕੰਧ ਤੋਂ ਪਾਰ ਹੋਇਆ ਹੋਵੇ, ਉਹ ਗਲੇਲ ਵਾਲੀ ਗੇਮ ਬਣੀ ਹੋਵੇ ਤੇਰੀ ਵੀ, ਜਿਹੜਾ ਗਲੇਲ ਛੱਡਦੇ ਨੇ ਉਹ ਪਾਉਂਦਾ ਜਾਂਦਾ ਹੈਗਾ। ਆਈ ਵਾ ਕਿਉਂ ਸਭ ਝੂਟੇ ਲੈ ਰਹੇ ਨੇ ਹੱਥ ਛੱਡ ਕੇ, ਆਈ ਵਾ ਚਲੂੰਗੀ ਚ ਬਾਏ ਆ, ਨਿਆਣਾ ਚਲੂੰਗੀ ਚ ਬਾਏ ਆ, ਚੱਲ ਆ ਜਾ ਥੱਲੇ ਪੌਂ ਚੜ ਜਾਣ। ਬਾਕੀ ਇੱਥੇ ਲੋਕਾਂ ਦੇ ਘਰ ਜਿਹੜੇ ਨੇ ਨਾ ਇੰਝ ਨੇ ਜਿਵੇਂ ਡੇਰੇ ਹੁੰਦੇ ਨੇ ਸਾਡੇ ਇਲਾਕੇ, ਜਿਵੇਂ ਡੇਰੇ ਨੇ ਨਾ ਦੂਰ ਦੂਰ ਇਕੱਲਾ ਇਕੱਲਾ ਡੇਰਾ, 5-7 ਕਿੱਲੇ ਛੱਡ ਕੇ ਇਕੱਲਾ ਡੇਰਾ, ਫਿਰ ਇੰਝ ਉੱਥੇ ਡੇਰੇ ਵੀ ਨੇੜੇ ਨੇੜੇ ਨੇ। ਹੁਣ ਉਹ ਸਾਹਮਣੇ ਇੱਕ ਘਰ ਹੈ, ਉਸ ਤੋਂ ਬਾਅਦ ਇਹ ਸਾਈਡ 'ਤੇ ਇੱਕ ਨਾ 1 ਕਿਲੋਮੀਟਰ ਦੂਰ ਇੱਕ ਘਰ ਹੈ, ਇਹ ਪਾਸੇ 2 ਕਿਲੋਮੀਟਰ, ਇੱਕ ਪਾਸੇ ਇੱਕ ਇੱਧਰ ਘਰ 1.5 ਕਿਲੋਮੀਟਰ ਦੂਰ, ਅਤੇ ਇਹ ਇੱਕ ਇਕੱਲਾ ਘਰ ਹੈ। ਦੁਆਲੇ ਰੇਤ ਹੀ ਰੇਤ, ਰੇਤ ਦੇ ਟਿੱਬੇ ਰੇਗਸਤਾਨ ਦਰਖਤ ਲਾਏ ਨੇ ਇਹਨਾਂ, ਅਤੇ ਇੰਝ ਇੱਥੇ ਘਰ ਨੇ ਦੂਰ ਦੂਰ, ਅਤੇ ਕੁੱਕੜੀਆਂ ਖਾ ਪੀ ਰਹੀਆਂ ਨੇ। ਅਸਾਂ ਇਸ
ਪਿੰਕ ਤੇ ਝੂੰਟੇ ਲਏ ਨੇ। ਜੀ ਕਿਊਮ ਸਾਹਿਬ ਤੇ ਮੈਂ ਸ਼ਹਿਰ ਜਾ ਰਿਹਾ ਤੇ ਰਾਤੀ ਅਸੀਂ ਇਸ ਟਿੱਬੇ ਦੇ ਉੱਤੇ ਸੁੱਤੇ ਸਾਂ ਜਿਹੜਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ। ਅਸੀਂ 3-4 ਟਿੱਬੇ ਪਹਿਲਾਂ ਫਿਰਦੇ ਰਹੇ ਅੱਧਾ ਘੰਟਾ, ਫਿਰ ਸਾਨੂੰ ਇੱਥੇ ਆ ਕੇ ਸਰਵਿਸ ਲੱਭੀ। ਇੱਥੇ ਸਰਵਿਸ ਵਾਹਵਾ ਸੀ, 3 MB 4 MB ਪਰ ਸੈਕਿੰਡ ਹੁੰਦੀ ਸੀ ਐਡੀ ਸਪੀਡ 'ਤੇ ਸੀ। ਫਿਰ ਇੱਥੇ ਡਾਹੀਆਂ ਹਨ ਮੰਜੀਆਂ, ਸਾਡੇ ਕੋਲ ਜੰਗਲ ਹਜੇ ਛੋਟਾ ਜਿਹਾ ਜੰਗਲ ਸੀ ਅਤੇ ਉਹ ਵੱਡਾ ਜੰਗਲ ਜਿਹਾ ਜਿੱਥੇ ਸ਼ੁਰੂ ਪਿਆ ਹੁੰਦਾ ਮੇਨ ਜੰਗਲ ਹੈ ਜਿਹੜਾ। ਵਾਪਸੀ ਫਾਰਮ ਦੇ ਵਿੱਚੋਂ ਆਉਣਾ, ਫਾਰਮ ਨਹੀਂ ਵੇਖਿਆ। ਠੀਕ ਹੈ, ਜੰਗਲ ਇੱਥੋਂ ਸ਼ੁਰੂ ਹੋ ਰਿਹਾ ਜੰਗਲ ਅਤੇ ਫਿਲਹਾਲ ਇੱਥੇ ਤਾਂ ਕੋਈ ਨਹੀਂ ਪੱਟ ਰਹੇ ਅਤੇ ਕਾਫੀ ਦੇ ਪਰਾਂ ਨਾ ਗੜ ਮੋੜੇ ਵਾਲੀ ਸਾਈਡ 'ਤੇ ਉੱਥੇ ਪੱਟ ਰਹੇ ਨੇ ਜੰਗਲ। ਮਾਸ਼ਾਅੱਲਾ ਬਾਰਿਸ਼ਾਂ ਹੋਈਆਂ ਨੇ ਅਤੇ ਘਾਸ ਜਿਹੜਾ ਕਾਫੀ ਜ਼ਿਆਦਾ। ਇੱਥੇ ਰਾਹ 'ਚ ਹੁਣੇ ਅਸੀਂ ਟੱਕਰ, ਅਸੀਂ ਤਕਰੀਬਨ ਜੰਗਲ ਦੇ ਵਿੱਚ ਸਫ਼ਰ ਜਿਹੜਾ ਕਰਨਾ ਨਾ 3 ਕਿਲੋਮੀਟਰ ਆਈ ਅੱਗੋਂ ਮੇਨ ਰੋਡ ਆ ਜਾਣਾ ਅਤੇ ਰਾਹ 'ਚ ਕੋਈ ਬੱਕਰੀ ਟਕਰੇ, ਬੱਕਰੀਆਂ ਟਕਰਨ ਦੀਆਂ ਰਾਹ 'ਚ ਤੁਹਾਨੂੰ ਫਾਨੇ ਆ, ਜਾਂ ਊਠ ਜਾਂ ਗਾਵਾਂ ਟਕਰਨ ਦੀਆਂ। ਫਾਰਮੋ ਕਿਉਂ ਵਾਪਸੀ ਇੱਧਰੋਂ ਆਵਾਂਗੇ? ਚਲੋ ਇੱਧਰ ਜਾਣੇ ਵੇਲੇ ਪੈਸੇ ਚੁੱਕਣੇ ਨਾ ਉਰੂ ਫਾਰਮ ਚੈੱਕ ਪੋਸਟ ਅਗਲੀ ਸਾਈਡ ਤੋਂ। ਹਾਂ ਨਹੀਂ ਤਾਂ ਉੱਧਰ ਗਏ ਤੇ ਸਿੱਧਾ ਕਪੂਰੀ ਜਾ ਵੜਾਂਗੇ। ਹਾਂ ਸਹੀ ਹੈ, ਫਿਰ ਉੱਧਰ ਕਪੂਰੀ ਤੋਂ ਤੁਸੀਂ ਫਿਰਦੇ ਲੱਗ ਜਾਓ। ਜੀ ਅੰਗੂਰਾ ਫਾਰਮ ਦੇ ਕੁਆਟਰ 'ਚ ਹੈ, ਸਾਹਮਣੇ ਬੱਕਰੀਆਂ ਮੱਤ ਨੇ ਜੀ, ਇੱਥੇ ਨਾ ਬੱਕਰੀਆਂ ਰੱਖੀਆਂ ਹੁੰਦੀਆਂ ਨੇ। ਇਹ ਪਾਸੇ ਛੋਟੇ ਛੋਟੇ ਦਰਖਤ ਲਾਏ ਨੇ। ਮੇਨ ਰੋਡ ਆਉਣੇ ਵਾਲਾ ਅਤੇ ਬਹੁਤ ਹੀ ਖੂਬਸੂਰਤ ਰੋਡ ਹੈ। ਇੱਥੇ ਉਹ ਹਿਸਾਬ ਨਹੀਂ ਹੈ, ਮੱਝਾਂ ਗੋਹੇ ਕੀਤੇ ਨੇ ਉੱਤੇ ਅਤੇ ਬੜਾ ਹੀ ਕਲੀਨ ਰੋਡ ਹੈ, ਫੁੱਲ ਬਲੈਕ ਰੰਗ ਦਾ ਫੁੱਲ ਕਾਲੇ ਸ਼ਾਹ ਰੋਡ ਹੈ।
ਇੱਥੇ ਲੱਕੜ ਲਿਆ ਕੇ ਸੱਟਦੇ ਨੇ, ਲੋਡ ਕਰਕੇ ਸੱਟਦੇ ਨੇ, ਛੋਟੇ ਟਰੱਕ ਤੇ ਲੰਘਦੇ ਨੇ, ਆ ਛੋਟੇ ਟਰੱਕ ਵਾਲੀਆਂ ਨੇ ਕਿਤੇ ਤੇ ਲਿਆਉਂਦੇ ਨਾ ਇੱਥੇ ਚੜ੍ਹਦੇ ਅੱਗੋਂ ਵੱਡੇ। ਲਓ ਜੀ ਮੇਨ ਰੋਡ ਆ ਗਿਆ, ਆ ਜੀ ਰੋਡ ਆ ਗਿਆ। ਅੱਜ ਬੱਦਲ ਬਣ ਗਿਆ ਬੜਾ ਵਧੀਆ ਜਿਹਾ, ਅੱਜ ਮਾਹੌਲ ਹੈ ਵਾਕਈ ਫਿਰਨ ਵਾਲਾ, ਫਿਰਨ ਵਾਲਾ ਮਾਹੌਲ ਹੈ, ਲੇਕਿਨ ਫਿਰਨਾ ਟੁਰਨਾ ਨਹੀਂ, ਫਿਰਨਾ ਰੇਤ ਦੇ ਹੈ। ਜਲਦੀ ਜਲਦੀ ਵਾਪਸ ਚਲੀਏ ਗੜ ਮੋੜ ਹੋ ਕੇ। ਉਹ ਚੈੱਕ ਪੋਸਟ ਦੇ ਨਾਲ ਪਿਛਲੀ ਸਾਈਡ ਦੇ, ਵੰਜਣ ਦਿਓ ਜੀ ਵੰਜਣ ਦਿਓ। ਖੰਭਿਆਂ ਦੀਆਂ ਤਾਰਾਂ ਕਿੱਥੇ ਗਈਆਂ ਨੇ? ਓਏ ਹਾਲ ਹੀ ਹੋਏ, ਨਹੀਂ ਸੱਚੀ ਦੱਸ ਕੀ ਹੋਇਆ? ਚੋਰਾਂ ਕਿਉਂ ਲਾ ਲਈਆਂ ਨੇ? ਆ ਜਾ ਝੂਠ ਮਾਰਨਾ। ਲਓ ਜੀ ਆ ਕਿਉਂ ਮੰਨਦਾ ਇਹ ਚੋਰਾਂ ਲਾ ਲਈਆਂ ਨੇ, ਮਜ਼ਾਕ 'ਚ ਗੱਲ ਪਾ ਛੋੜੀ ਨੇ। ਫਾਈਨਲੀ ਅਸੀਂ ਗੜ ਮੋੜ ਆ ਗਏ ਹਾਂ। ਇਸ ਟਾਈਮ ਕਿਉਂ ਤਾਂ ਮੈਂ ਰੈਸਟੋਰੈਂਟ ਦੇ ਵਿੱਚ ਬੈਠੇ ਹਾਂ, ਇਹ ਸਾਰੀ ਰਾਤ ਸੁੱਤਾ ਕੋਈ ਨਹੀਂ, ਅਤੇ ਹੁਣ ਜਿਹੜਾ ਹੈ ਇਹਨੂੰ ਨੀਂਦਰ ਵੀ ਆਉਂਦੀ ਹੈ। ਅਤੇ ਇਹ ਜੇ ਰੈਸਟੋਰੈਂਟ ਮਕਬੂਲ ਫੂਡ ਸੈਂਟਰ, ਅਸੀਂ ਬੇਸਮੈਂਟ ਦੇ ਵਿੱਚ ਆਏ ਹਾਂ, ਅਤੇ ਅਸੀਂ ਆਰਡਰ ਕੀਤਾ, ਤੁਹਾਨੂੰ ਆਰਡਰ ਆਉਂਦਾ ਤਾਂ ਬਹਾਨੇ ਹਾਂ ਕਿ ਆਰਡਰ ਕੀਤਾ। ਅਤੇ ਇੱਧਰ ਵੇਖ ਲਓ, ਮੋਬਾਇਲ ਚਲਾਉਂਦਾ ਡਿੱਗਦਾ ਪਿਆ। ਆਈ ਐਮ ਸੋ ਸੋਰੀ, ਮੈਨੂੰ ਯਾਦ ਹੀ ਨਹੀਂ ਰਿਹਾ ਵੀਡੀਓ ਬਣਾਉਣਾ। ਅਸੀਂ ਮੰਗਵਾ ਕੇ ਖਾ ਰਹੇ ਹਾਂ, ਇਹ ਜੇ ਹੌਟ ਵਿੰਗਸ 10 ਮੰਗਵਾਏ ਨੇ, ਇਹ ਖਾ ਰਹੇ ਹਾਂ, ਅਤੇ ਨਾਲ ਕੋਕ, ਬੜੇ ਮਜ਼ੇਦਾਰ ਨੇ, ਅਤੇ ਖਾ ਕੇ ਮਿਲਣੇ ਹਾਂ।